कश्मीर एवेन्यू बटाला रोड में रहने वाले एक परिवार ने अपनी बहू को घर से निकाल दिया। पत्रकारों से बातचीत करते हुए राजवंत रेनू द्वारा कहा गया कि उनकी शादी को करीब 7 वर्ष हो चुके हैं। उसके पति विकास कुमार ने पहले एक शादी की थी और उस महिला को भी घर से बाहर निकाल दिया और ये उसकी दूसरी शादी है और अब उसे भी जबरी घर से बाहर निकाल दिया गया है। जब राजवंत कौर ने समाज सेवकों के साथ घर में दाखिल होने की कोशिश की तो उनके पति और सास ने घर में रखने से उन्हें मना कर दिया। इस संबंध में थाना रामबाग की सब इंस्पेक्टर राजविंदर कौर ने कहा कि ससुराल वालों ने बहू को घर से निकाल के मामले में थाना में बुलाया गया है। इस मामले में पत्रकारों ने ससुराल वालों से बहू को घर से निकालने के बारे में पूछा तो वह पत्रकारों के साथ बदसलूकी करने लगे और कुछ भी कहने से इनकार कर दिया। इस अवसर पर जसबीर कौर, सुमित काली आदि उपस्थित हुए। जवंत कौर, मेरी मैरिज 7 साल हो गए आ। आ मेरे सहुरे आ, सहुरे का घर है, 2 अगस्त दा ना मैनू घरों कढ़िया वा। हाँ, मेरा सास सहुरा मैनू पसंद नहीं करता ही, मेरी लव मैरिज हुई है इहदे नाल। मेरे नाल राजीनामा करके 2 महीने मेरे नाल किराए ते रहे आ, मेरे नाल किराए ते रह के डिवोर्स केस ला के ते आप इत्थे आ गए आ। ते हुण इत्थे मैं आई हाँ ते मैनू वड़न नहीं दिंदे। मैं पहला एक वारी आई सी, उदो इन्हां ने कहा सी तेरा राजीनामा होया वा ते लिखिया होया, तू घरों बाहर रहेंगे, तेरे नाल बाहर रहेगा, तू इत्थे नहीं आना। उस तो बाद मैं इत्थे नहीं आई, ये मेरे नाल डिवोर्स केस ला के इत्थे आ गया वा ते हुण मैं इत्थे रहांगी। देखो, मैं तुंग वल मजीठा रोड ते हुण जिथे मैं किराए ते रह रही हूँ उत्थे उन्होंने मैनू जवाब देता कि असी कल्ली जनानी नूं किराए ते नहीं रख। मैं मंग करदी कि मैनू इस घर दे विच रख्या जावे, मेरा कोर्ट केस चलदा है ते चली जावे, मैं कोर्ट केस लड़ांगी, मैनू इस घर च कमरा दित्ता जावे, मैं इस कमरे च रह के कोर्ट केस लड़ा। इन्हां ने लाया वा, बाद च मैं लाया वा। इन्हां ने कोई 11 तरीक नूं लाया, 21 तरीक नूं आ गए। हांजी हाँ, मैनू धोखे दे नाल छड्ड के ते आ गए आ ਤੇ ਮੈਂ ਹੁਣ 22 ਤਰੀਕ ਨੂੰ ਲਗਾਇਆ ਕੋਰਟ। ਮੈਂ ਇੱਥੇ ਮਰ ਜਾਵਾਂਗੀ ਪਰ ਮੈਂ ਜਾਵਾਂਗੀ ਨਹੀਂ ਕਿਉਂਕਿ ਮੇਰਾ ਮਾਂ ਪਿਓ ਨਹੀਂ ਹੈਗਾ, ਕੋਈ ਨਹੀਂ ਹੈਗਾ, ਉਹ ਮੇਰੀ ਮੌਤ ਦੇ ਜ਼ਿੰਮੇਵਾਰ ਮੇਰਾ ਸੱਸ ਸਹੁਰਾ ਮੇਰਾ ਘਰਵਾਲਾ ਹੋਏਗਾ। ਜਸਬੀਰ ਕੌਰ ਜੀ, ਇਹਨਾਂ ਦੀ ਕੰਪਲੇਂਟ ਆਈ, ਇਹਨੇ ਮੰਗ ਮੰਗੀ ਕਿ ਮੈਂ ਬਾਲਮੀਕਿਆਂ ਵੱਲੋਂ ਮੰਗ ਮੰਗਦੀ ਕਿ ਮੈਨੂੰ ਮੇਰੀ ਮਦਦ ਕੀਤੀ ਜਾਵੇ। ਮੈਨੂੰ ਅੱਜ 10 ਦਿਨ ਹੋ ਗਏ ਆ ਭੁੱਖੀ ਧਿਆਈ ਨੂੰ ਗਲੀਆਂ 'ਚ ਫਿਰਦੀ ਨੂੰ, ਮੈਨੂੰ ਛੱਡ ਆਇਆ। ਪਹਿਲਾਂ 2 ਮਹੀਨੇ ਮੇਰੇ ਕਿਰਾਏ 'ਤੇ ਮੇਰੇ ਨਾਲ ਰਿਹਾ ਆ ਅਤੇ ਹੁਣ ਇਹਨੂੰ ਛੱਡ ਕੇ ਨਾ ਰੋਟੀ ਨਾ ਪਾਣੀ, ਅੱਜ 5 ਦਿਨ ਹੋ ਗਏ ਮੈਨੂੰ ਰੋਟੀ ਖਵਾਲਦੀ ਨੇ ਇਹਨੂੰ, ਵਿਚਾਰੀ ਖਾ ਜਾਂਦੀ ਘਰੋਂ ਚੱਲ ਜਾਂਦੀ, ਮਾਲਕ ਮਕਾਨਾਂ ਵੀ ਇਹਨੂੰ ਦਿੱਤਾ ਆ, ਜਵਾਬ ਦਿੱਤਾ। ਕਾਰਨ ਇਹ ਹੀ ਹੋ ਕਿ ਅੱਗੇ ਵੀ 7 ਸਾਲ ਇੱਕ ਜਨਾਨੀ ਇਹਨਾਂ ਨੇ ਵਿਆਹ ਹੋਇਆ ਹੀ ਰੱਖੀ ਆ ਅਤੇ 7 ਸਾਲ ਇਹਨੂੰ ਰੱਖ ਕੇ ਕੱਢਦੇ ਪਏ ਆ। ਹਾਂਜੀ, ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਤੋਂ, ਮੇਰਾ ਨਾਂ ਸੁਮਿਤ ਕੁਮਾਰ ਕਾਲੀ। ਮੈਂ ਇਹੋ ਹੀ ਮੰਗ ਰੱਖਦਾ ਵਾਂ ਸਰਕਾਰ ਅੱਗੇ ਕਿ ਜਿਹੜੀਆਂ ਧੀਆਂ ਭੈਣਾਂ ਨਾਲ ਜਿਹੜੇ ਧੱਕੇ ਹੋ ਰਹੇ ਆ, ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਜੇ ਅੱਜ ਵੀ ਜੇ ਧੀਆਂ ਭੈਣਾਂ ਨਾਲ ਧੱਕੇ ਹੋਏਗੇ ਤਾਂ ਫਿਰ ਪ੍ਰਸ਼ਾਸਨ ਦਾ ਦਰਵਾਜ਼ਾ ਜਿਹੜਾ ਵਾਰ ਵਾਰ ਇਹ ਕੋਰਟ ਦਾ ਦਰਵਾਜ਼ਾ ਜਿਹੜੇ ਖੜਕਾਉਂਦੇ ਆ, ਫਿਰ ਇਹਨਾਂ ਦਾ ਕੀ ਹੱਲ ਹੋਏਗਾ? ਇਸ ਤਰ੍ਹਾਂ ਦੇ ਹਰ ਕੋਈ ਬੱਚਾ ਵਿਆਹ ਸ਼ਾਦੀ ਕਰਕੇ, ਉਹ ਮਾਂ ਬਾਪ ਗਰੀਬ ਜਿਹੜਾ ਵਾ, ਉਹ ਜਿਹੜਾ ਬੜੀ ਮਜਬੂਰੀ ਨਾਲ ਲੋਕਾਂ ਕੋਲ ਕਰਜ਼ਾ ਚੁੱਕ ਕੇ ਸ਼ਾਦੀ ਸ਼ੁਦੀ ਕਰਦਾ ਵਾ, ਔਰ ਉਹ ਜਦੋਂ ਸਹੁਰਿਆਂ ਘਰ ਜਾਂਦੀ ਆ ਉਹਦੇ ਨਾਲ ਬੜੇ ਧੱਕੇਸ਼ਾਹੀਆਂ ਹੁੰਦੀਆਂ ਵਾ ਉਹਦੇ। ਇਸ ਤਰ੍ਹਾਂ ਹੀ ਜਿੱਦਾਂ ਇਹ ਭੈਣ ਨੂੰ ਘਰੋਂ ਕੱਢਿਆ ਗਿਆ ਵਾ, ਇਸ ਤਰ੍ਹਾਂ ਫਿਰ ਸਮਾਜ ਦੇ ਵਿੱਚ ਗਲਤ ਮੈਸੇਜ ਜਾਏਗਾ ਔਰ ਹਰ ਕੋਈ ਧੀਆਂ ਭੈਣਾਂ ਦਾ ਫਾਇਦਾ ਚੁੱਕੂਗਾ ਇੱਦਾਂ। ਮੈਂ ਇਸ ਪਰਿਵਾਰ ਨੂੰ ਪਹਿਲਾਂ ਵੀ 1-2 ਵਾਰੀ ਸਮਝਾਇਆ ਸੀ, ਸਾਡੇ ਸੀਨੀਅਰ ਆਗੂ ਜਿਹੜੇ ਆ ਉਹਨਾਂ ਦੇ ਨਾਲ ਵੀ ਇਹ ਬੈਠੇ ਸੀ, ਅਸੀਂ ਉਦੋਂ ਕਹਿੰਦੇ ਸੀ ਕਿ ਆਪਾਂ ਬੈਠ ਕੇ ਇਹਨਾਂ ਦਾ ਰਾਜੀਨਾਮਾ ਕਰ ਦਿੰਦੇ ਹਾਂ, ਅਤੇ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਚਲੋ ਠੀਕ ਹੈ ਤੁਹਾਡਾ ਅੱਛਾ ਬਹਿ ਕੇ ਮੈਸੇਜ ਜਿਹੜਾ ਕੋਈ ਸਮਾਜ ਵਿੱਚ ਚੱਲ ਜਾਂਦਾ ਤਾਂ ਤੁਸੀਂ ਆਪਣੀ ਨੂੰਹ ਧੀ ਨੂੰ ਵਸਾਓ, ਮਗਰ ਇਹਨਾਂ ਨੇ ਇੱਕੋ ਟੀਚਾ ਬਣਾ ਛੱਡਿਆ ਕਿ ਅਸੀਂ ਇਹਨੂੰ ਨਹੀਂ ਰੱਖਣਾ। ਕਾਰਨ ਹੁਣ ਇਹ ਕਹਿ ਰਿਹਾ ਕਿ ਇਸ ਲੜਕੀ ਨੂੰ ਬੱਚਾ ਨਹੀਂ ਹੁੰਦਾ ਅਤੇ ਅਸੀਂ ਆਪਾਂ ਨਹੀਂ ਇਹਨੂੰ ਰੱਖਣਾ। ਦੇਖੋ ਜੀ, ਅੱਜ ਕੱਲ੍ਹ ਮੈਡੀਕਲ ਸਾਇੰਸ ਬਹੁਤ ਉੱਚੀ ਹੋ ਚੁੱਕੀ ਆ ਔਰ ਹਰ ਇੱਕ ਚੀਜ਼ ਸਾਇੰਸ ਨੇ ਕਰਤੀ ਆ ਹਰ ਇੱਕ, ਤਾਂ ਤੁਸੀਂ ਉਹਦਾ ਜੇ ਇਹਦੇ 'ਚ ਨੁਕਸ ਆ ਤਾਂ ਇਹਨੂੰ ਠੀਕ ਕਰਵਾਓ ਅਤੇ ਜੇ ਆਪਣੇ ਬੇਟੇ 'ਚ ਨੁਕਸ ਆ ਤਾਂ ਆਪਣੇ ਬੇਟੇ ਨੂੰ ਠੀਕ ਕਰਵਾਓ। ਮੈਂ ਮੰਗ ਇਹੋ ਹੀ ਰੱਖਦਾ ਵਾਂ ਸਰਕਾਰ ਅੱਗੇ ਕਿ ਜੇ ਇਸ ਲੜਕੀ ਦੇ ਨਾਲ ਧੱਕੇਸ਼ਾਹੀ ਹੋ ਰਹੀ ਆ ਤਾਂ ਸਮਾਜ ਦੀ ਹਰ ਇੱਕ ਲੜਕੀ ਨਾਲ ਧੱਕੇਸ਼ਾਹੀ ਹੋਏਗੀ। ਹੜਤਾਲ ਰੱਖਾਂਗੇ ਜਿੰਨਾ ਚਿਰ ਇਹਨੂੰ ਇਹਦਾ ਇਨਸਾਫ਼ ਨਹੀਂ ਦਿੱਤਾ ਜਾਂਦਾ। ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਹੈਗਾ ਕਿ ਉੱਥੇ ਝਗੜਾ ਹੋ ਰਿਹਾ, ਅਸੀਂ 5 ਮਿੰਟਾਂ ਬਾਅਦ ਇੱਥੇ ਆ ਗਏ ਆ ਅਤੇ ਲੇਡੀ ਦਾ ਨੰਬਰ ਦਿੱਤਾ ਅਤੇ ਉਹ ਨੰਬਰ ਕਰਕੇ ਅਸੀਂ ਵਾਪਸ ਝਗੜੇ ਥਾਂ ਆ ਗਏ। ਇੱਥੇ ਮਾਮਲਾ ਇਹ ਹੋਏਗਾ ਵੀ ਇਹਨਾਂ ਦਾ ਕੋਰਟ ਕੇਸ ਚੱਲਣ ਡਿਆ ਆਲਰੇਡੀ ਪਹਿਲਾਂ ਤੋਂ ਹੀ, ਤਾਂ ਅਸੀਂ ਬਾਅਦ 'ਚ ਇਹ ਆਖਿਆ ਵੀ ਜਿਹੜਾ ਵਾ ਥਾਣੇ ਜਾ ਕੇ ਆਪਣਾ ਜਿਹੜਾ ਵਾ ਫੈਸਲਾ ਦਿਓ। ਇਹ ਪਹਿਲਾਂ ਤੋਂ ਦੱਸਣ ਡਿਆ ਵੀ ਇਹ ਕਿਰਾਏ ਦੇ ਰਹਿ ਰਹੇ ਆ, ਕਾਰਨ ਕੋਈ ਕੋਰਟ ਕੇਸ ਚੱਲਣੇ ਦਾ ਪਹਿਲਾਂ ਆਲਰੇਡੀ ਕੇਸ ਘਰਦਾ ਆਪਣਾ ਦੋਵਾਂ ਮੀਆਂ ਬੀ ਦਾ ਝਗੜਾ। ਹਾਂ, ਕੱਢਤੀ ਇਹਨਾਂ ਨੰਬਰ, ਨੌਂ ਨੂੰ ਬਾਹਰ ਕੱਢਿਆ ਤੂੰ ਕਿਰਾਏ ਦੇ ਰਹਿਣ ਦੀ, ਨੌਂ ਧਰਨੇ ਵਾਲੇ ਨਹੀਂ ਪਤਾ ਨਾ ਇਹਨਾਂ ਨੂੰ ਅਸੀਂ ਲਿਆਂਦਾ ਹੈਗਾ, ਉੱਥੇ ਬੜਾ ਝਗੜਾ ਹੋ ਰਿਹਾ ਹੈਗਾ ਆਪਣਾ ਸੜਕ ਦੇ ਉੱਤੇ, ਉੱਥੋਂ ਸਾਨੂੰ ਇੱਥੇ ਲੈ ਗਏ ਆਲੇ ਗਲੀ ਦੇ ਬਾਹਰ ਖਲੋਤੀਆਂ ਹੈਗੀਆਂ, ਉੱਥੋਂ ਇੱਥੇ ਆਏ ਇੱਥੋਂ ਆਣ ਕੇ ਅਤੇ ਮੁੜ ਕੇ ਅੰਦਰ ਆਣ ਕੇ ਬਹਿ ਕੇ ਝਗੜਾ ਝੁਗ ਕਰਨ ਲੱਗੇ, ਰੋਲਾ ਗੋਲਾ ਪਾਉਣ ਡਿਆ ਪਈਆਂ ਅਤੇ ਬਾਅਦ 'ਚ ਉਹਨਾਂ ਆਖਿਆ ਵੀ ਬਾਹਰ ਜਾ ਕੇ ਅਤੇ ਬਾਹਰ ਖਲੋ ਗਈ। ਨੌਂ ਪਹਿਲਾਂ ਹੀ ਬਾਹਰ ਅੜੀ, ਬਾਹਰ ਸੀ ਤੁਸੀਂ ਆਏ ਉਦੋਂ ਹੀ ਬਾਹਰ ਹੈਗੀ, ਉਦੋਂ ਅੰਦਰ ਨਹੀਂ ਹੈਗੀ।